ਰਜਿੰਦਰ ਸਿੰਘ ਨਾਮ ਹੈ। ਹਾਂਜੀ ਸਰ, ਮੈਂ ਨਾ ਬਤੌਰ ਇੱਥੇ ਮੈਨੇਜਰ ਹਾਂ, ਇੱਥੇ ਸਵੇਰੇ ਨਾ ਮੈਨੂੰ 7 ਵਜੇ ਫੋਨ ਆਇਆ ਸਿਕਿਉਰਿਟੀ ਗਾਰਡ ਦਾ ਕਿ ਵੀ ਇੱਥੇ ਰਾਤ ਨੂੰ ਨਾ ਬੰਦੇ ਪੈ ਗਏ, ਸ਼ਟਰ ਟੁੱਟੇ ਹੋਏ ਆ। ਅਤੇ ਉਹਨੂੰ ਮੈਂ ਕਿਹਾ ਵੀ ਅੰਦਰ ਜਾ ਕੇ ਦੇਖੇ, ਅੰਦਰ ਜਾ ਕੇ ਉਹਨੇ ਦੇਖਿਆ ਵੀ ਤਿੰਨੇ ਗਾਰਡ ਜਿਹੜੇ ਰਾਤ ਵਾਲਾ ਗਨਮੈਨ ਅਤੇ 2 ਗਾਰਡ ਦੋਨੋਂ ਅੰਦਰ ਬੰਨ ਕੇ ਰੱਖਿਆ ਹੋਇਆ ਸੀ। ਅਤੇ ਤਕਰੀਬਨ ਸਾਡੇ ਇੱਥੋਂ 3 ਸ਼ਟਰ ਤੋੜੇ ਨੇ ਉਹਨਾਂ ਨੇ, DVD ਸਾਰੀ ਪੁੱਟ ਕੇ ਲੈ ਗਏ ਨੇ, CCTV ਕੈਮਰੇ ਸਾਰੇ ਤੋੜ ਗਏ ਨੇ। ਅਤੇ ਇਹ ਨਹੀਂ ਪਤਾ ਕਿੰਨੀਆਂ ਗੱਡੀਆਂ 'ਚ ਮਾਲ ਲੈ ਗਏ ਨੇ, ਪਰ ਤਕਰੀਬਨ ਸਾਡਾ 1250-1300 ਬੋਰੀ ਇੱਥੋਂ ਚੌਲਾਂ ਦੀ ਚੋਰੀ ਹੋ ਚੁੱਕੀ। ਬੰਦੇ ਸਰ ਅੰਦਾਜ਼ਨ ਅਸੀਂ ਕਹਿ ਸਕਦੇ ਹਾਂ, ਦੇਖੋ ਜੀ ਜੇਕਰ ਮਤਲਬ 1200 ਤੋੜਾ ਲੈ ਕੇ ਗਏ ਨੇ ਤਾਂ ਅੰਦਾਜ਼ਨ ਘੱਟੋ ਘੱਟ 70-80 ਬੰਦੇ ਲੱਗ ਸਕਦੇ ਵੀ ਹੋ ਸਕਦੇ। ਹਾਂਜੀ ਬਿਲਕੁਲ ਸਰ, ਉਹ ਜੋ ਸਾਨੂੰ ਗਾਰਡ ਦੱਸ ਰਹੇ ਨੇ ਕਿ ਉਹਨਾਂ ਨੂੰ ਗਨ ਪੁਆਇੰਟ ਦੇ ਉੱਪਰ ਰੱਖ ਕੇ ਅੰਦਰ ਬੰਨਿਆ ਗਿਆ ਅਤੇ 5 ਬੰਦੇ ਉਹਨਾਂ ਦੇ ਆਲੇ ਦੁਆਲੇ ਖਲੋਤੇ ਰਹਿੰਦੇ, ਬਾਕੀ ਚੋਰੀ ਕਰਦੇ। ਹਾਂਜੀ ਬਿਲਕੁਲ ਜੀ, ਮਾਰਕੁੱਟ ਕੀਤੀ, ਉਹਨਾਂ ਸਿਰ 'ਚ ਵੀ ਸੱਟ ਵੱਜੀ ਹੈ ਅਤੇ ਉਹਨਾਂ ਦੇ ਲੱਤਾਂ ਬਾਹਾਂ 'ਤੇ ਵੀ ਉਹਨਾਂ ਨੂੰ ਕੁੱਟਿਆ ਗਿਆ ਜੀ। ਅਤੇ ਪੁਲਿਸ ਸਾਡਾ ਮੌਕਾ ਵੇਖਗੀ, ਪੁਲਿਸ ਸਾਡਾ ਸਾਥ ਦੇ ਰਹੀ ਹੈ। ਪੁਲਿਸ ਨੂੰ ਅਸੀਂ ਬੇਨਤੀ ਕੀਤੀ ਹੈ ਜੋ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ। ਜਿਹੜੇ ਤਰੀਕੇ ਨਾਲ ਇਹਨਾਂ ਇਲਾਕਿਆਂ ਦੇ ਵਿੱਚ ਚੋਰੀਆਂ ਹੋ ਰਹੀਆਂ, ਨੁਕਸਾਨ ਹੋ ਰਹੇ ਨੇ, ਇਹ ਬਹੁਤ ਜ਼ਿਆਦਾ ਜੀ ਮੰਦਭਾਗੀ ਘਟਨਾ ਹੈ ਜੀ। ਇਹ ਨਾ ਹਮਾਰਾ NCML ਕਾ ਗੋਡਾਊਨ ਹੈ ਔਰ ਇਸ ਗੋਡਾਊਨ ਪੇ ਸਫਲਟੇਕ ਫੂਡ ਜੋ ਹਮਾਰੀ ਕੰਪਨੀ ਹੈ, ਹਮਾਰੀ ਕੰਪਨੀ ਕਾ ਮਾਲ ਲਗਾ ਹੁਆ ਥਾ ਔਰ ਰਾਤ ਕੋ ਲਗਭਗ 1 ਵਜੇ 30-40 ਬੰਦੇ ਆਏ ਹੈ ਔਰ ਯਹਾਂ ਪੇ ਹਮਾਰਾ ਜੋ ਸਿਕਿਉਰਿਟੀ ਗਾਰਡ ਥਾ, ਗਨਮੈਨ ਥਾ, ਸਭ ਕੋ ਇਹਨੇ ਅੰਦਰ ਲੈ ਜਾ ਕੇ ਗੋਡਾਊਨ ਕਾ ਤਾਲਾ ਤੋੜ ਕੇ ਫਿਰ ਅੰਦਰ ਬੈਠਾ ਦਿਆ ਔਰ ਉਨਕੋ ਬਾਂਧ ਦਿਆ। ਇਸਕੇ ਬਾਅਦ 1250 ਬੈਗ ਉਹ ਚੋਰੀ ਕਰਕੇ ਲੈ ਗਏ, ਜਿਸ ਕੀ ਆਜ ਕੀ ਕੀਮਤ ਲਗਭਗ 70 ਲੱਖ ਰੁਪਏ ਕੇ ਆਸ ਪਾਸ ਹੈ, ਬਾਸਮਤੀ ਚਾਵਲ ਦੇ। ਉਸ ਪੁਲਿਸ ਕੋ ਮੈਨੇ ਕੰਪਲੇਂਟ ਕੀਆ 7 ਵਜੇ, ਜਬ ਮੁਝੇ ਪਤਾ ਚਲਾ ਕਿ ਗੋਡਾਊਨ ਪੇ ਗੋਡਾਊਨ ਵਾਲਾ ਗਾਰਡ ਫੋਨ ਨਹੀਂ ਉਠਾ ਰਹਾ ਥਾ, ਫਿਰ ਮੈਨੇ ਦੂਸਰਾ ਦਿਨ ਵਾਲਾ ਗੋਡਾਊਨ ਗਾਰਡ ਭੇਜਾ, ਉਸਨੇ ਬਤਾਇਆ। ਫਿਰ ਇਸਕੇ ਬਾਅਦ ਹਮਨੇ ਪੁਲਿਸ ਕੰਪਲੇਂਟ ਵੀ ਕੀ ਹੈ, ਪੁਲਿਸ ਆਈ ਹੈ ਚੈੱਕ ਕਰਕੇ ਵੈਰੀਫਿਕੇਸ਼ਨ ਕਰਕੇ ਗਈ ਹੈ ਔਰ ਜੋ ਨਾਈਟ ਵਾਲਾ ਹਮਾਰਾ ਸਟਾਫ ਥਾ ਉਸਸੇ ਵੀ ਬਿਆਨ ਲੈ ਕੇ ਔਰ ਥਾਣੇ ਲੈ ਕੇ CCTV ਸਾਰਾ ਉਹਨੇ ਤੋੜ ਦਿਆ ਜਿਤਨੀ ਵੀ ਥੀ ਔਰ ਸਾਥ ਮੇਂ ਜੋ DVR ਥਾ DVR ਵੀ ਉਠਾ ਕੇ ਲੈ ਗਏ। ਠੀਕ ਹੈ ਸਰ, ਸਰਕਾਰ ਸੇ ਹਮ ਯੇ ਮੰਗ ਕਰਤੇ ਹੈ ਕਿ ਐਸੇ ਮੇਰਾ ਤੋ ਕਰੋੜੋਂ ਕਾ ਮਾਲ ਯਹਾਂ ਪੇ ਪੜਾ ਹੁਆ ਹੈ, ਕੱਲ ਯਹਾਂ ਸੇ ਚੋਰੀ ਹੋ ਜਾਏਗਾ ਔਰ ਵੀ ਮਾਲ ਉਠਾ ਲਿਆ ਜਾਏ, ਇਸਕੀ ਕਿਆ ਗਾਰੰਟੀ।